ਅਸੀਂ ਪਿੰਡ ਰਾਮਾ ਦੇ ਵਿੱਚ ਅੱਜ ਗੱਲ ਕਰ ਰਹੇ ਹਾਂਗੇ। ਮੈਂ ਨੌਜਵਾਨ ਭਾਰਤ ਸਭਾ ਤੋਂ ਕਰਮ ਰਾਮਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵਾਲੇ ਅਤੇ ਪਿੰਡ ਦੇ ਹੋਰ ਮੋਹਤਬਰ ਬੰਦੇ ਅੱਜ ਇੱਥੇ ਮੌਜੂਦ ਆ, ਜੋ ਪਿਛਲੇ ਦਿਨਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਜਸਪਾਲ ਸਿੰਘ ਦਾ ਪੁਲਿਸ ਕਸਟੱਡੀ ਦੇ ਵਿੱਚ ਮਰਡਰ ਹੋਇਆ ਗਾ ਅਤੇ ਉਹਦੇ ਸੰਬੰਧ ਦੇ ਵਿੱਚ ਸੰਘਰਸ਼ ਚੱਲ ਰਿਹਾ ਗਾ। ਸੰਘਰਸ਼ ਕਮੇਟੀ ਵੱਲੋਂ ਉਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ, ਜਿਹਦੇ ਵਿੱਚ ਇੱਕ ਅਵਤਾਰ ਸਿੰਘ ਤਾਰਾ ਉਹਦੇ 'ਤੇ ਇਲਜ਼ਾਮ ਲਾਏ ਗਏ ਸੀਗੇ ਵੀ ਉਹ ਜਸਪਾਲ ਸਿੰਘ ਨਾਲ ਰਲ ਕੇ ਦੇਹ ਵਪਾਰ ਦਾ ਧੰਦਾ ਕਰਦਾ ਗਾ। ਅਸਲ ਦੇ ਵਿੱਚ ਉਹ ਮੁੰਡਾ ਜਿਹੜਾ ਉਹ ਸਾਡੇ ਪਿੰਡ ਦਾ ਮੁੰਡਾ ਗਾ ਅਤੇ ਅੱਜ ਉਹ ਇਸ ਵਕਤ ਸਾਡੇ ਵਿੱਚ ਮੌਜੂਦ ਹੈਗਾ। ਜੋ ਜੋ ਘਟਨਾ ਵਾਪਰੀ ਆ, ਇਹ ਜੋ ਉਹਦੇ 'ਤੇ ਇਲਜ਼ਾਮ ਲਾਏ ਗਏ ਆ, ਉਹ ਕਿਵੇਂ ਸਾਰੇ ਬੇਬੁਨਿਆਦ ਨੇ, ਉਹਦੇ ਬਾਰੇ ਉਹ ਖੁਦ 2 ਮਿੰਟ ਗੱਲ ਕਰਨਗੇ, ਦੱਸਣਗੇ। ਹਾਂਜੀ ਅਵਤਾਰ ਸਿੰਘ ਜੀ। ਮੈਂ ਅਵਤਾਰ ਸਿੰਘ ਉਰਫ ਗੀਤਕਾਰ ਹੈਪੀ ਤਾਰਾ, ਪਰਸੋਂ ਇੱਕ ਕੌਮ ਦੇ ਰਾਖੇ ਪੇ ਚਲਾਉਣ ਵਾਲਾ ਅੰਮ੍ਰਿਤਪਾਲ ਮਹਿਰੋ ਤੋਂ, ਜਿਹੜਾ ਕਿ ਇੱਕ ਨਿਹੰਗ ਬਾਣੇ ਦੇ ਵਿੱਚ ਹੈਗਾ ਗਾ, ਆਪਣੇ ਆਪ ਨੂੰ ਸਮਾਜ ਸੇਵੀ ਖਵਾਉਂਦਾ ਗਾ, ਉਸ ਬੰਦੇ ਨੂੰ ਮੈਂ ਮਿਲਣ ਗਿਆ ਸੀ ਅਤੇ ਉਸ ਬੰਦੇ ਨੇ ਮੈਨੂੰ ਆਪਣੀ ਹਿਰਾਸਤ ਵਿੱਚ, ਨਜਾਇਜ਼ ਤੌਰ 'ਤੇ ਆਪਣੀ ਹਿਰਾਸਤ ਵਿੱਚ ਲੈ ਕੇ ਮੇਰੇ ਫੋਨ ਜ਼ਬਤ ਕਰ ਲਏ। ਔਰ ਮੇਰੇ ਫੋਨ ਵਿੱਚ ਕੁਝ ਜਸਪਾਲ, ਮੈਂ ਜਸਪਾਲ ਸੀ ਜਿਹੜਾ, ਮੇਰਾ ਇੱਕ ਫੇਸਬੁੱਕ 'ਤੇ ਦੋਸਤ ਸੀ ਔਰ ਬਾਅਦ ਵਿੱਚ ਮੇਰੇ ਉਹਨਾਂ ਫੋਨ 'ਤੇ ਮਤਲਬ ਕੰਟੈਕਟ ਹੋ ਗਏ ਸੀ। ਆਹ ਤੋਂ 1.5 ਸਾਲ ਪਹਿਲਾਂ ਮੈਂ ਉਸ ਨੂੰ ਮਿਲਿਆ ਸੀ ਅਤੇ ਕੁਝ ਉਹਦੇ ਨਾਲ ਫੋਟੋਆਂ ਸੀਗੀਆਂ ਅਤੇ ਉਹਨੇ ਜਸਪਾਲ ਦੀਆਂ ਜੋ ਫੋਟੋਆਂ ਸੀ ਉਹਨੇ ਉਹ ਆਪਣੇ ਫੋਨ ਵਿੱਚ ਅਪਲੋਡ ਕਰ ਲਈਆਂ ਔਰ ਕੁਝ ਹੋਰ ਕੁਝ ਕੁੜੀਆਂ ਦੀਆਂ ਫੋਟੋਆਂ ਸੀ ਉਹਨੂੰ ਅਪਲੋਡ ਕਰ ਲਈਆਂ ਅਤੇ ਔਰ ਉਸਨੇ ਆਪਣੇ ਪੇਜ ਤੋਂ ਵੀਡੀਓ ਬਣਾ ਕੇ ਪਾਈ ਜਿਹਦੇ ਵਿੱਚ ਮੈਨੂੰ ਧਮਕਾਇਆ ਗਿਆ। ਮੇਰੇ 4 ਸਵੇਰ ਉਹਦੇ ਬੰਦੇ ਖੜ੍ਹੇ ਸੀਗੇ ਅਤੇ ਮੇਰੇ ਕੋਲ ਖੁਦ ਅਖਵਾ ਰਹੇ ਸੀ ਅਤੇ ਉਹ ਕਹਿੰਦੇ ਸੀ ਜਸਪਾਲ ਸਿੰਘ ਅਤੇ ਹੈਪੀ ਤਾਰਾ ਇਹ ਕੁੜੀਆਂ ਸਪਲਾਈ ਕਰਦੇ, ਦੇਹ ਵਪਾਰ ਦਾ ਧੰਦਾ ਕਰਦੇ, ਹਾਲਾਂਕਿ ਐਸਾ ਕੁਛ ਵੀ ਨਹੀਂ ਸੀਗਾ। ਉਸਨੇ ਮੇਰੇ ਦੋਨੇ ਫੋਨ ਜ਼ਬਤ ਕਰ ਲਏ ਆ ਔਰ ਮੇਰੇ ਫੋਨਾਂ ਵਿੱਚ ਜੋ ਵੀ ਡਾਟਾ ਸੀ ਉਹਨੇ ਉਹ ਡਾਟਾ ਆਪਣੀ ਕਾਪੀ ਕਰ ਲਿਆ ਗਾ। ਮੇਰਾ ਕੋਈ ਨਿੱਜੀ ਜ਼ਿੰਦਗੀ ਨਾਲ ਕੋਈ ਸੰਬੰਧ ਸੀਗੇ ਡਾਟਾ ਸੀਗਾ ਅਤੇ ਮੇਰਾ ਪਰਸਨਲ ਡਾਟਾ ਸੀ ਉਹਨੇ ਆਪਣੇ ਸਾਰਾ ਹੀ ਉਹਨੇ ਉਹ 'ਚ ਕਾਪੀ ਕਰ ਲਿਆ। ਉਸ ਨੂੰ ਮਤਲਬ ਹੁਣ ਮੈਨੂੰ ਬਲੈਕਮੇਲ ਕਰ ਰਿਹਾ। ਔਰ ਇੱਕ ਜੋ ਜਸਪਾਲ ਸਿੰਘ ਦਾ ਜਦੋਂ ਕਤਲ ਹੋਇਆ ਗਾ ਅਤੇ ਜੋ ਆਪਣਾ ਸੰਘਰਸ਼ ਚੱਲ ਰਿਹਾ ਵੱਖ ਵੱਖ ਜਥੇਬੰਦੀਆਂ ਵੱਲੋਂ, ਉਸ ਸੰਘਰਸ਼ ਨੂੰ ਢਾਹ ਲਾਉਣ ਦੇ ਲਈ ਔਰ ਉਸਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਇਹ ਉਸਨੇ ਸਾਜ਼ਿਸ਼ ਰਚੀ ਸੀਗੀ ਅਤੇ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਦੇ ਲਈ ਅਤੇ ਆਪਣੇ ਫੋਲੋਵਰ ਵਧਾਉਣ ਦੇ ਲਈ ਸਿਰਫ ਉਹ ਇੱਕ ਪਖੰਡ ਕਰ ਰਿਹਾ। ਜੋ ਵੀਡੀਓ ਸੀ ਉਹ ਬਿਲਕੁਲ ਸਰਾਸਰ ਝੂਠੀ ਸੀ ਅਤੇ ਮੈਨੂੰ ਉਸਨੇ ਆਪਣੇ ਮੈਨੂੰ ਆਪਣਾ ਅੰਮ੍ਰਿਤਪਾਲ ਵੱਲੋਂ ਇੱਕ ਇਹ ਗੱਲ ਕਹੀ ਗਈ ਸੀ ਵੀ ਇਹ ਦਿੱਲੀ ਤੋਂ ਭੇਜਿਆ ਗਾ, ਇਹ ਮੈਨੂੰ ਮਾਰਨ ਵਾਸਤੇ ਆਇਆ ਗਾ। ਮੈਂ ਤੁਹਾਨੂੰ ਦੱਸਦਾ ਜੀ, ਆਹ ਮੈਂ ਹਥਿਆਰ ਲੈ ਕੇ ਆਇਆ ਸੀ, ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ ਜੀ ਮਾਰਨ ਵਾਸਤੇ। ਇਹ ਕੀ ਆ ਜੀ? ਇਹ ਜੀ PGI ਦੀ ਫਾਈਲ ਆ, ਮੈਂ ਇੱਕ PGI ਦਾ ਮਰੀਜ਼ ਹਾਂ, ਇਹਦਾ ਜਿਹੜਾ ਕੌਮ ਦੇ ਰਾਖੇ ਪੇਜ ਬਣਾਇਆ ਗਾ ਉਹਦੇ 'ਤੇ ਕਹਿੰਦਾ ਗਾ ਵੀ ਮੈਂ ਲੋੜਵੰਦਾਂ ਦੀ ਮਦਦ ਕਰਦਾ, ਮੈਂ ਇਹਦੇ ਕੋਲ ਸਿਰਫ ਇੱਕ ਮਦਦ ਵਾਸਤੇ ਗਿਆ ਸੀਗਾ ਅਤੇ ਆਹ ਹਥਿਆਰ ਲੈ ਕੇ ਗਿਆ ਸੀ। ਲੋਕੋ ਤੁਸੀਂ ਇਹਨੂੰ ਕੋਈ ਪੈਸਾ ਭੇਜਦੇ ਹਾਂ ਬਹੁਤ ਸਾਰਾ ਲੋੜਵੰਦ ਦੀ ਮਦਦ ਕਰਨ ਵਾਸਤੇ, ਆਹ ਦੇਖੋ ਇਹਨੇ ਮੈਨੂੰ ਆਪਣਾ, ਮੈਂ ਜਿਹੜੇ ਹਥਿਆਰ ਨੂੰ ਲੈ ਕੇ ਗਿਆ ਸੀ ਆਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ, ਮੈਨੂੰ ਲੀਵਰ ਦੀ ਪ੍ਰੋਬਲਮ, ਆਹ ਦੇਖੋ ਸਾਰੇ ਤੁਸੀਂ। ਚਲੋ ਠੀਕ ਹੈ ਜੀ, ਅਤੇ ਇਹ ਕਿੱਥੇ ਰੱਖਿਆ ਗਿਆ ਤੁਹਾਨੂੰ? ਮੈਨੂੰ ਪਹਿਲਾਂ ਇੱਕ ਲੰਡੇ ਕੇ ਕਿਸੇ ਕਾਂਗਰਸ ਆਗੂ ਦੇ ਘਰੇ ਕੋਠੀ ਦੇ ਵਿੱਚ ਰੱਖਿਆ ਗਿਆ, ਉਸ ਤੋਂ ਬਾਅਦ ਵਿੱਚ ਮੈਨੂੰ ਖੇਤਾਂ ਵਿੱਚ ਕਿਤੇ ਕਿੱਧਰੋਂ ਲੈ ਜਾ ਕਿਤੇ ਕਿੱਧਰ, ਅਤੇ CI ਸਟਾਫ ਜਗਰਾਓ ਉੱਥੇ ਉਹ ਮੈਨੂੰ ਨਜਾਇਜ਼ ਤੌਰ 'ਤੇ ਮੇਰੇ ਆਪਣਾ ਕੁੱਟਮਾਰ ਕਰਵਾਈ ਅਤੇ ਉਸ ਤੋਂ ਬਾਅਦ ਵਿੱਚ ਮੈਨੂੰ ਫਿਰ ਇਹ ਆਪਦੇ ਪਿੰਡ ਵਾਲੇ ਕਰਕੇ ਕਿੱਧਰ ਨੂੰ ਲੈ ਜਾਣ ਕਰਕੇ ਕਿੱਧਰ ਨੂੰ, ਅੱਧੀ ਰਾਤ ਤੱਕ ਘੁੰਮਦੇ ਰਹੇ। ਇਹਦੇ ਨਾਲ ਕੁਝ ਹੋਰ ਮੁੰਡੇ ਵੀ ਸੀ
ਜਿਹੜੇ ਕਿ ਕਰੀਨ ਸਿੰਘ ਸੀ, ਜਿਨ੍ਹਾਂ ਦੀ ਸ਼ਰਾਬ ਪੀਤੀ ਸੀ, ਅਤੇ ਇਹ ਖੁਦ ਅੰਮ੍ਰਿਤਧਾਰੀ ਆ, ਅਤੇ ਇਹਦੇ ਨਾਲ ਅੰਮ੍ਰਿਤਧਾਰੀ ਮੁੰਡਾ ਕੋਈ ਵੀ ਨਹੀਂ ਸੀ, ਅਤੇ ਮੇਰੀ ਕੁੱਟਮਾਰ ਕਰਦੇ ਰਹੇ, ਅਤੇ ਜਦੋਂ ਵੀਡੀਓ ਵਾਇਰਲ ਹੋਈ। ਹੁਣ ਤੁਹਾਨੂੰ CIA ਸਟਾਫ ਵਾਲੇ ਕੀ ਕਹਿ ਕੇ ਛੱਡ ਕੇ ਗਏ ਆ? ਕੀ ਹੁਣ CIA ਸਟਾਫ ਨੇ ਮੈਨੂੰ ਪੁੱਛਗਿੱਛ ਕੀਤੀ, ਜਿਹਦੇ ਵਿੱਚ ਮੇਰੇ ਵਿੱਚ ਕੋਈ ਵੀ ਮੈਂ ਦੋਸ਼ੀ ਸਾਬਤ ਨਹੀਂ ਹੋਇਆ। ਮੈਨੂੰ ਵਾਹ ਇੱਜ਼ਤ, ਮੈਨੂੰ ਮੇਰੇ ਪਿੰਡ ਵਿੱਚ, ਮੇਰੇ ਪਿੰਡ ਦੀ ਪੰਚਾਇਤ ਔਰ ਵੱਖ ਵੱਖ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਵਾਹ ਇੱਜ਼ਤ ਮੈਨੂੰ ਘਰੇ ਖੁਦ ਛੱਡ ਕੇ ਗਏ ਆ। ਹੁਣ ਫਿਰ ਤੁਸੀਂ ਕੀ ਮੰਗ ਕਰਦੇ ਹੋ? ਮੈਂ ਇਹ ਮੰਗ ਕਰਦਾ ਵੀ ਅੰਮ੍ਰਿਤਪਾਲ ਨੇ ਮੈਨੂੰ ਨਜਾਇਜ਼ ਤੌਰ 'ਤੇ ਟੌਰਚ ਕੀਤਾ, ਮੈਨੂੰ ਇੱਕ ਅਗਵਾਹ ਕਰਕੇ ਮੈਨੂੰ ਘੁੰਮਦਾ ਫਿਰਦਾ ਰਿਹਾ, ਅਤੇ ਉਸਨੇ ਇਹ ਸੰਘਰਸ਼ ਨੂੰ, ਜਿਹੜਾ ਜਸਪਾਲ ਸਿੰਘ ਵਾਲਾ ਜਿਹੜਾ ਸੰਘਰਸ਼ ਆ ਫਰੀਦਕੋਟ ਵਾਲਾ, ਉਸਨੂੰ ਢਾਹ ਲਾਉਣ ਦੇ ਲਈ ਜਿਹੜੀ ਸਾਜ਼ ਰਚੀ ਆ, ਉਹਦੇ 'ਤੇ ਮੈਨੂੰ ਇੱਕ ਅਗਵਾਹ ਕਰਨ ਦਾ ਪਰਚਾ ਦਰਜ ਕੀਤਾ ਜਾਵੇ। ਮੇਰੀ ਇੱਕ ਨੈਤਿਕ ਤੌਰ 'ਤੇ ਮਾਣਹਾਨੀ ਕੀਤੀ, ਕਿਉਂਕਿ ਮੇਰਾ ਜੋ ਫੋਨ ਦਾ ਡਾਟਾ ਸੀ, ਜਿਹੜਾ ਪਰਸਨ ਡਾਟਾ ਸੀ, ਉਹਨੇ ਆਪਣੀ ਕਾਪੀ ਕਰ ਲਿਆ, ਜਿਹਦੇ ਮੈਂ ਕਿਸੇ ਸਮੇਂ ਮੈਨੂੰ ਬਲੈਕਮੇਲ ਕਰ ਸਕਦਾ। ਔਰ ਮੈਨੂੰ ਇਹ ਕਿਹਾ ਸੀਗਾ ਵੀ ਮੈਨੂੰ ਦਿੱਲੀ ਤੋਂ ਮਾਰਨ ਵਾਸਤੇ ਆਇਆ, ਮੈਂ ਕੋਈ ਮਾਰਨ ਵਾਸਤੇ ਨਹੀਂ ਗਿਆ, ਅਤੇ ਮੈਨੂੰ ਇਹ ਵੀ ਕਿਹਾ ਵੀ ਇਹ RSS ਦਾ ਬੰਦਾ ਗਾ, ਇੱਕ ਜਨਰਲ ਸੁਰੇਸ਼ ਖਜੂਰੀਆ ਜੀ, ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀਗੇ, ਉਹਨਾਂ ਦੇ ਨਾਲ ਮੇਰੀ ਇੱਕ ਫੋਟੋ ਸੀ ਜੀ, ਕੋਈ ਹੋਰ ਕੋਈ ਉਹ ਮਤਲਬ ਬੰਦਾ ਨਹੀਂ ਗਿਆ, ਜਿਹਨੂੰ ਇੱਕ ਕਹਿੰਦੇ ਇਹ RSS ਦਾ ਦੱਸਿਆ ਗਿਆ ਇਹਨਾਂ ਨੇ, ਅਤੇ ਇਹਨੇ ਜੋ ਆਪਣਾ ਇਹ ਕੰਮ ਕੀਤਾ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਕੀਤਾ, ਔਰ ਜਿਹੜਾ ਸੰਘਰਸ਼ ਨੂੰ ਢਾਲ ਲਾਉਣ ਦੇ ਲਈ ਖਰਚ ਕੀਤਾ ਗਾ। ਠੀਕ ਹੈ ਜੀ, ਧੰਨਵਾਦ। ਹਾਂਜੀ, ਤੁਸੀਂ ਇਸ ਪਿੰਡ ਦੇ ਨੌਜਵਾਨ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹੀ ਹੈ ਜੀ, ਜਿਹੜਾ ਕੱਲ੍ਹ ਇਹਨੂੰ CIA ਸਟਾਫ ਲੈ ਕੇ ਗਏ ਸੀਗੇ, ਉਹ ਇਹਨੂੰ ਬਾਜਤਾ ਇਹਦੇ ਘਰ ਛੱਡ ਕੇ ਗਏ ਆ, ਪੰਚਾਇਤ ਮੈਂਬਰਾਂ ਦੇ ਸਾਹਮਣੇ ਛੱਡ ਕੇ ਗਏ ਆ, ਸਾਰੀਆਂ ਜਥੇਬੰਦੀਆਂ ਸੀ, ਅਤੇ ਉਹਨਾਂ ਕੋਲ ਕੋਈ ਵੀ ਉਹਨਾਂ ਨੇ ਜਿਹੜਾ ਨਹੀਂ ਸਾਬਤ ਹੋਇਆ ਵੀ ਇਹਨੇ ਇਸ ਤਰ੍ਹਾਂ ਦੇ ਵਪਾਰ ਦਾ ਧੰਦਾ ਕਰਦਾ ਸੀ, ਸੋ ਇਹਨੂੰ ਛੱਡ ਕੇ ਗਏ ਆ, ਅਤੇ ਇਹਨੇ ਸਾਰੀ ਗੱਲਬਾਤ ਆ ਕੇ ਦੱਸੀ। ਠੀਕ ਆ ਜੀ, ਆਹ ਦੇਖੋ ਜੀ, ਆਹ ਇਹਦਾ ਘਰ ਹੈਗਾ, ਗਰੀਬ ਪਰਿਵਾਰ ਦੇ ਵਿੱਚੋਂ ਇਹ, ਅਤੇ ਇਹਦੇ 'ਤੇ ਬੇਬੁਨਿਆਦ ਇਲਜ਼ਾਮ ਲੱਗੇ ਆ। ਘਰ ਦੀਆਂ ਛੱਤਾਂ ਢਾਈਆਂ ਵੀ ਹੈਗੀਆਂ, ਮੈਂ ਪਿੰਡ ਰਾਮੇ ਦਾ ਸਭ ਕਾ ਸਰਪੰਚ ਗੁਰਚਰਨ ਸਿੰਘ ਰਾਮਾ। ਗੱਲ ਇਸ ਤਰ੍ਹਾਂ ਵੀ ਅਵਤਾਰ ਸਿੰਘ ਸਾਡਾ ਗੁਆਂਢੀ ਹੈ, ਨੇੜੇ ਘਰ, ਕੋਈ ਦੇਹ ਵਪਾਰ ਵਾਲਾ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਨਾ ਕੁੜੀਆਂ ਨੂੰ ਕੋਈ ਜਿਹੜਾ ਹੈਗਾ ਸਪਲਾਈ ਕਰਨ ਦੀ ਕੋਈ ਗੱਲ, ਬੰਦਾ ਇਹ ਵਧੀਆ, ਪਰ ਜਿਹੜਾ ਹੈਗਾ ਕੋਈ ਦੇਹ ਵਪਾਰ ਵਾਲੀ ਗੱਲ ਇਹ 'ਚ ਕੋਈ ਨਹੀਂ ਹੈ, ਨਾ ਇਹ ਕੋਈ ਦਿੱਲੀ ਜਾਂ ਕਿਤੇ ਹੋਰ ਕੋਈ ਕਿਸ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ, ਅਤੇ ਬੰਦਾ ਠੀਕ ਹੈ ਕੋਈ ਇਸ ਤਰ੍ਹਾਂ ਦੀ। ਅੱਜ ਇਹਨੂੰ ਜਿਹੜਾ CIA ਸਟਾਫ ਫਰੀਦਕੋਟ ਇੱਥੇ ਮੋਹਤਬਰਾਂ ਦੀ ਗਿਣਤੀ ਦੇ ਵਿੱਚ ਸਾਰੇ ਜਿਹੜੇ ਸੀ ਪੰਚਾਇਤੀ ਬੰਦੇ ਹਾਜ਼ਰ ਸੀਗੇ, ਉਹਨਾਂ ਦੇ ਵਿੱਚ ਬਾਜੀ ਅਤੇ ਇਹਨਾਂ ਨੂੰ ਛੱਡ ਕੇ ਗਏ ਆ, ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹਨਾਂ ਨੂੰ ਪੁੱਛਗਿੱਛ ਕੀਤੀ ਆ, ਕੋਈ ਇਹਨਾਂ ਨੂੰ ਕੋਈ ਕੁੱਟਮਾਰ ਨਹੀਂ ਕੀਤੀ, ਅਤੇ ਬਿਲਕੁਲ ਸਹੀ ਸਲਾਮਤ ਆ, ਕੋਈ ਵੀ ਕਿਸੇ ਕਿਸਮ ਦੀ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਹੈ, ਨਾ ਕੋਈ ਦੇਹ ਵਪਾਰ ਵਾਲੀ, ਅਤੇ ਨਾ ਕਿਸੇ ਉਹ ਕਤਲ ਕਾਂਡ ਦੇ ਵਿੱਚ ਕੋਈ ਇਹਦੀ ਕੋਈ ਜਿਹੜੀ ਹੈਗੀ ਆ ਵੀ ਕੋਈ ਸ਼ਮੂਲੀਅਤ ਆ, ਉਹ ਉਸ ਤਰ੍ਹਾਂ ਦਾ ਕੋਈ ਹੈ ਨਹੀਂ ਹੈ, ਵੀ ਪੂਰੀ ਬਾਜ਼ ਤਾਂ ਉਹਨਾਂ ਨੂੰ ਇਹ ਘਰ ਦੇ ਵਿੱਚ ਛੱਡ ਕੇ ਗਿਆ, ਮੈਂ ਤਾਂ ਇਹੀ ਕਹੂੰਗਾ ਜੀ। ਮਿਹਰਬਾਨੀ ਜੀ। ਮੈਂ ਭਾਰਤੀ ਕਿਸਾਨ ਜੀ ਨੇ ਬਲਾਕ ਪ੍ਰਧਾਨ ਕੁਰਚਰਨ ਰਾਮਾ, ਜੋ ਅਵਤਾਰ ਤਾਰੇ ਹੈਪੀ 'ਤੇ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਵਾਇਰਲ ਹੋਈ ਸੀਗੀ, ਜਿਹੜੇ ਇਲਜ਼ਾਮ ਲੱਗੇ ਸੀਗੇ, ਉਹ ਵੀਡੀਓ ਦੇ ਸੰਬੰਧ ਵਿੱਚ ਫਰੀਦਕੋਟ ਦੀ CIA ਸਟਾਫ ਨੇ ਇਹਨੂੰ ਟੌਰਚ ਕੀਤਾ ਸੀਗਾ, ਉਹ ਲੈ ਕੇ ਗਈ ਸੀ ਇਹਨੂੰ, ਜਿਵੇਂ ਉਹ
ਉਹਦੇ ਵਿੱਚ ਉਹਨਾਂ ਨੇ ਉੱਥੇ ਸਾਰੀ ਪੁਲਿਸ ਪੜਤਾਲ ਦੋ ਦਿਨ ਉੱਥੇ ਰੱਖਿਆ ਸੀ ਸਟਾਫ ਤੋਂ ਪੁਲਿਸ ਪੜਤਾਲ ਕੀਤੀ ਆ ਉਹ ਜਿਹੜੇ ਇਹਦੇ ਨਿਆਣ ਲੱਗੇ ਸੀਗੇ ਦੋਸਤ ਲੱਗੇ ਸੀ ਉਹ ਬੇਨਾਂ ਦਾ ਜਾਣੀ ਕਿ ਅੱਜ ਉਹ ਸੀਏ ਸਟਾਫ ਫਰੀਦਕੋਟ ਤੋਂ ਅੱਜ ਸਾਡੇ ਪਿੰਡ ਜਾਣੀ ਕਿ ਉਹਨੂੰ ਪਿੰਡ ਦੇ ਪੰਚਾਇਤ ਦੇ ਸਾਹਮਣੇ ਨਗਰ ਪੰਚਾਇਤ ਦੇ ਜਥੇਬੰਦੀਆਂ ਦੇ ਨੌਜਵਾਨ ਭਾਰਤ ਸਭਾ ਦੇ ਆਗੂ ਦੇ ਹਾਜ਼ਰੀ ਦੇ ਵਿੱਚ ਜਗਤਾਰ ਤਾਰੇ ਨੂੰ ਘਰ ਛੱਡ ਕੇ ਗਏ ਆ। ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਅੰਮ੍ਰਿਤਪਾਲ ਮਹਿਰੋ ਤੋਂ ਆ ਜਿਹਨੇ ਜਗਤਾਰ ਤਾਰੇ ਨੂੰ ਆਪਦੀ ਰਿਹਾਸਤ ਵਿੱਚ ਰੱਖਿਆ, ਇਹਦੀ ਕੁੱਟਮਾਰ ਕੀਤੀ ਅਤੇ ਇਹਦੀ ਵੀਡੀਓ ਜਿਹੜੀ ਵਿਹਲਰ ਕੀਤੀ ਆ ਬਣਾਈ ਆ ਕੁੱਟਮਾਰ ਕੁੱਟਮਾਰ ਕਰਕੇ ਉਹਦੇ 'ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ, ਇਹਦੇ ਮਾਣਹਾਨੀ ਦਾ। ਅਤੇ ਜਿਹੜਾ ਇਹਨੂੰ ਅਗਵਾ ਕਰਕੇ ਰੱਖਿਆ ਉਹਨੇ ਉਹ ਅੰਮ੍ਰਿਤਪਾਲ 'ਤੇ ਪਰਚਾ ਜਿਹੜਾ ਅਸੀਂ ਮੰਗ ਕਰਦੇ ਹਾਂ ਦਰਜ ਹੋਣਾ ਚਾਹੀਦਾ। ਹਾਂਜੀ, ਤੁਸੀਂ ਅਵਤਾਰ ਸਿੰਘ ਦੇ ਪਿਤਾ ਜੀ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਇਹਦੇ ਬਾਰੇ ਜੋ ਤੁਹਾਡੇ ਮੁੰਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਉਹਦੇ ਸੰਬੰਧ 'ਚ ਪ੍ਰਚਾਰ ਕੀਤਾ ਗਿਆ ਫੋਨਾਂ ਦੇ ਉੱਤੇ? ਗੱਲ ਨਜਾਇਜ਼ ਕਰਦੇ ਆ ਜੀ। ਅੱਛਾ ਜੀ, ਇਹੀ ਅਸੀਂ ਇਸ ਵੀਡੀਓ ਰਾਹੀਂ ਦੱਸਣਾ ਚਾਹੁੰਦੇ ਹਾਂਗੇ ਵੀ ਜੋ ਇਹ ਪਿਛਲੇ ਦਿਨਾਂ ਦੇ ਵਿੱਚ ਅਵਤਾਰ ਸਿੰਘ ਦੇ ਸੰਬੰਧ ਦੇ ਵਿੱਚ ਅੰਮ੍ਰਿਤਪਾਲ ਮਹਿਰੋਂ ਤੋਂ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਸੀਗੀ, ਉਹ ਉਹਦੇ 'ਚ ਲਾਏ ਗਏ ਇਲਜ਼ਾਮ ਆ ਜਿਹੜੇ ਉਹ ਸਰਾਸਰ ਬੇਬੁਨਿਆਦ ਸੀ। CIA ਸਟਾਫ ਨੇ ਤੋਂ ਪੁੱਛਗਿੱਛ ਕੀਤੀ ਹੈਗੀ ਅਤੇ ਉਹਨਾਂ ਨੂੰ ਕੋਈ ਵੀ ਇਹਦੇ 'ਚੋਂ ਇਸ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਲੱਭੀ। ਇਸ ਕਰਕੇ ਅਸੀਂ ਵੀ ਮੰਗ ਕਰਦੇ ਹਾਂ ਵੀ ਅੰਮ੍ਰਿਤਪਾਲ 'ਤੇ ਕੇਸ ਦਰਜ ਕੀਤਾ ਜਾਵੇ, ਹੁਣ ਵੀ ਉਹ ਇਹਨੂੰ ਧਮਕੀਆਂ ਦੇ ਰਿਹਾ। ਧੰਨਵਾਦ ਜੀ।